ਪੈਰਿਸ ਪੈਰਾਲੰਪਿਕਸ 2024 ਦੇ ਦੂਸਰੇ ਦਿਨ ਭਾਰਤ ਦੀ ਝੋਲੀ ਚੌਥਾ ਮੈਡਲ ਪਿਆ। ਜੀ ਹਾਂ, ਇੱਕ ਬੇਹੱਦ ਵੱਡੀ ਖੁਸ਼ਖਬਰੀ ਇਸਨੂੰ ਜ਼ਰੂਰ ਕਿਹਾ ਜਾ ਸਕਦਾ ਹੈ, ਕਿਉਂਕਿ ਭਾਰਤ ਦੇ ਹਿੱਸੇ ਆਇਆ ਹੈ ਸਿਲਵਰ ਮੈਡਲ। ਨਿਸ਼ਾਨੇਬਾਜ਼ੀ ਦੇ ਵਿੱਚ ਸਿਲਵਰ ਮੈਡਲ ਭਾਰਤ ਨੂੰ ਹਾਸਲ ਹੋਇਆ, ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਲੋਕਾਂ 'ਚ ਕਾਫੀ ਜ਼ਿਆਦਾ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਲੋਕ ਇੱਥੇ ਖੁਸ਼ੀ ਮਨਾ ਰਹੇ ਨੇ। ਇਸ ਪੂਰੇ ਮਾਮਲੇ ਸੰਬੰਧੀ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ, ਤੁਹਾਨੂੰ ਦੱਸਦੇ ਹਾਂ। ਕਿਹਾ ਜਾ ਰਿਹਾ ਹੈ ਕਿ ਪੈਰਿਸ ਪੈਰਾਲੰਪਿਕ 2024 ਦੇ ਦੂਸਰੇ ਦਿਨ ਯਾਨੀ 30 ਅਗਸਤ ਨੂੰ ਭਾਰਤ ਨੂੰ ਚੌਥਾ ਮੈਡਲ ਹਾਸਲ ਹੋਇਆ। ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਪੁਰਸ਼ 10-10 ਏਅਰ ਪਿਸਟਲ 'ਚ ਸਿਲਵਰ ਮੈਡਲ ਹਾਸਲ ਕੀਤਾ। ਮਨੀਸ਼ ਨਰਵਾਲ ਨੇ ਟੋਕੀਓ ਪੈਰਾਲੰਪਿਕ ਖੇਡਾਂ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਦੋਂ ਉਹਨਾਂ ਨੇ P4 ਮਿਕਸਡ 50 ਮੀਟਰ ਪਿਸਟਲ SH1 ਇਵੈਂਟ ਦੇ ਵਿੱਚ ਗੋਲਡ ਮੈਡਲ ਹਾਸਲ ਕੀਤਾ ਸੀ। ਫਾਈਨਲ ਦੇ ਵਿੱਚ ਮਨੀਸ਼ ਨੇ ਕੁੱਲ 234.9 ਅੰਕ ਬਣਾਏ। ਸਾਊਥ ਕੋਰੀਆ ਦੇ ਜੋ ਦੇ ਵੱਲੋਂ ਇੱਥੇ 237.4 ਅੰਕ ਬਣਾ ਕੇ ਇਸ ਮੁਕਾਬਲੇ ਦੇ ਵਿੱਚ ਗੋਲਡ ਮੈਡਲ ਹਾਸਲ ਕਰ ਲਿਆ ਗਿਆ। ਚੀਨ ਦੇ ਯਾਂਗ ਚਾਓ ਦੇ ਵੱਲੋਂ 214.3 ਅੰਕ ਬਣਾਏ ਗਏ, ਜਿਸ ਕਾਰਨ ਉਹਨਾਂ ਨੂੰ ਕਾਂਸੀ ਦਾ ਤਗਮਾ ਹਾਸਲ ਹੋਇਆ। ਨਿਸ਼ਾਨੇਬਾਜ਼ੀ ਦੇ ਵਿੱਚ SH1 ਸ਼੍ਰੇਣੀ 'ਚ ਅਜਿਹੇ ਨਿਸ਼ਾਨੇਬਾਜ਼ ਸ਼ਾਮਲ ਹੁੰਦੇ ਨੇ ਜਿਨ੍ਹਾਂ ਦੀਆਂ ਬਾਹਾਂ ਹੇਠਲੇ ਧੜ ਪੈਰਾਂ ਦੀ ਪ੍ਰਭਾਵਿਤ ਹੁੰਦੀ ਹੈ, ਜਾਂ ਫਿਰ ਉਹਨਾਂ ਦੇ ਹੱਥ ਜਾਂ ਫਿਰ ਪੈਰ ਤੋਂ ਵਿਕਲਾਂਗ ਹੁੰਦਾ ਹੈ। ਪੈਰਿਸ ਪੈਰਾਲੰਪਿਕ 2024 ਦੇ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ ਹੁਣ 4 ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਪ੍ਰਤਿਪਾਲ ਨੇ ਮਹਿਲਾ 100 ਮੀਟਰ ਰੇਸ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉੱਥੇ ਮਹਿਲਾ 10 ਮੀਟਰ ਏਅਰ ਰਾਈਫਲ ਸ਼ੂਟਿੰਗ ਦੇ ਵਿੱਚ ਅਵਨੀ ਲੇਖਰਾ ਨੇ ਗੋਲਡ ਅਤੇ ਮੋਨਾ ਅਗਰਵਾਲ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਸੀ। 22 ਸਾਲਾ ਮਨੀਸ਼ ਨਰਵਾਲ ਸ਼ੁਰੂਆਤ ਦੇ ਵਿੱਚ ਫੁੱਟਬਾਲਰ ਬਣਨਾ ਚਾਹੁੰਦੇ ਸੀ, ਪਰ ਵਿਕਲਾਂਗਤਾ ਦੀਆਂ ਚੁਣੌਤੀਆਂ ਸਨ। ਪਰ ਇਹ ਚੁਣੌਤੀਆਂ ਮਨੀਸ਼ ਦੇ ਐਥਲੀਟ ਬਣਨ ਦੇ ਇਰਾਦੇ ਨੂੰ ਡਿਗਾ ਨਹੀਂ ਸਕੀਆਂ। ਮਨੀਸ਼ ਨੇ ਪਿਤਾ ਅਤੇ ਸਹਿਯੋਗੀਆਂ ਦੀ ਸਲਾਹ ਤੇ 2016 ਦੇ ਵਿੱਚ ਸ਼ੂਟਿੰਗ 'ਚ ਆਪਣਾ ਕਰੀਅਰ ਬਣਾਉਣਾ ਸ਼ੁਰੂ ਕੀਤਾ। ਨਰਵਾਲ ਨੇ ਹਰਿਆਣਾ ਦੇ ਫਰੀਦਾਬਾਦ 'ਚ ਸ਼ੂਟਿੰਗ ਕਰਨੀ ਸ਼ੁਰੂ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਨਰਵਾਲ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਵਿੱਚ ਜਿੱਤ ਹਾਸਲ ਕਰ ਚੁੱਕੇ ਨੇ। ਮਨੀਸ਼ ਸੋਨੀਪਤ ਦੇ ਰਹਿਣ ਵਾਲੇ ਹੈ। ਹਾਲਾਂਕਿ ਉਹਨਾਂ ਦੇ ਪਿਤਾ ਦਿਲਬਾਗ ਸਿੰਘ ਕਈ ਸਾਲ ਪਹਿਲਾਂ ਫਰੀਦਾਬਾਦ ਦੇ ਵਿੱਚ ਰਹਿਣ ਲੱਗ ਪਏ ਸੀ। ਮਨੀਸ਼ ਨੇ 2018 ਦੇ ਵਿੱਚ ਜਕਾਰਤਾ 'ਚ ਹੋਈਆਂ ਏਸ਼ੀਆਈ ਖੇਡਾਂ 'ਚ 10 ਮੀਟਰ ਅਤੇ 50 ਮੀਟਰ ਮੁਕਾਬਲਿਆਂ 'ਚ ਸੋਨ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਸੀ। ਮਨੀਸ਼ ਨੇ ਸਿਡਨੀ ਦੇ ਵਿੱਚ 2019 ਵਿਸ਼ਵ ਚੈਂਪੀਅਨਸ਼ਿਪ ਦੇ ਵਿੱਚ ਆਪਣੀ ਸ਼ਾਨਦਾਰ ਫਾਰਮ ਨੂੰ ਦੁਹਰਾਇਆ। ਉਹਨਾਂ ਨੇ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਤੇ ਉਹਨਾਂ ਦੇ ਵਿੱਚੋਂ 3 ਕਾਂਸੀ ਦੇ ਤਗਮੇ ਹਾਸਲ ਕੀਤੇ ਸੀ। ਤੇ ਹੁਣ ਵੀ ਇੱਕ ਵਾਰ ਫਿਰ ਤੋਂ ਦੇਸ਼ ਦਾ ਨਾਮ ਮਨੀਸ਼ ਨਰਵਾਲ ਦੇ ਵੱਲੋਂ ਰੋਸ਼ਨ ਕੀਤਾ ਗਿਆ ਹੈ ਤੇ ਉਹਨਾਂ ਨੇ ਇਸ ਸ਼ੂਟਿੰਗ ਦੇ ਮੁਕਾਬਲੇ ਦੇ ਵਿੱਚ ਯਾਨੀ ਕਿ ਨਿਸ਼ਾਨੇਬਾਜ਼ੀ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਤੇ ਉਹ ਦੂਸਰੇ ਸਥਾਨ ਤੇ ਰਹੇ।